ਵੀਰਾ ਜਾਗ ਬਈ ਹੁਣ ਜਾਗੋ ਆਇਆ ਬੱਲੇ ਬਈ ਹੁਣ ਜਾਗੋ ਆਇਆ ਛਾਵਾ ਬਈ ਹੁਣ ਜਾਗੋ ਆਇਆ ਦਿਓਰਾ ਤੈਨੂੰ ਮੈਂ ਸਮਝਾਵਾਂ ਬੇਲੀ ਬੈਨਾ ਮਤ ਗੁਆਵਾਂ ਚੁੱਲਾ ਚੌਂਕਾ ਕਰਦੀ ਜਾਵਾਂ ਨਾਲ ਨਾਲ ਮੈਂ ਪੜ੍ਹਦੀ ਜਾਵਾਂ ਬੇਬੇ ਪਾਪੂ ਆਇਆ ਬਈ ਹੁਣ ਜਾਗੋ ਆਇਆ ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ ਕੁਝ ਨਾ ਮੈਂ ਤੇਥੋਂ ਹੁਣ ਲੈਣਾ ਮੁੰਡੇ ਆਵੇ ਮੇਰੇ ਕੋਲ ਗਹਿਣਾ ਮੁੰਡੇ ਆਵੇ ਮੇਰੇ ਕੋਲ ਗਹਿਣਾ ਮੁੰਡੇ ਆਵੇ ਮੇਰੇ ਕੋਲ ਕੁੜੀ ਓ ਜਾਂਜੀ ਪੜ੍ਹਿਆਂ ਦੀ ਸੱਦਣੀ ਜੇ ਕੁੜੀ ਓ ਜਾਂਜੀ ਪੜ੍ਹਿਆਂ ਦੀ ਸੱਦਣੀ ਕਾਲ ਜਾਂਦੀ ਕਰ ਲੋ ਪੜ੍ਹਾਈ ਕੁੜੀ ਨੀ ਧਿਆਨ ਨਾਲ ਐਡੀ ਵੱਡੀ ਹੋ ਗਈ ਹਾਲੇ ਤੱਕ ਸਟਾਪੂ ਕਰ ਰਹੀ ਹੈ ਹੁਣੇ ਠੀਕਰੀ ਮਾਰ ਦੇਣ ਲੱਗੀ ਸੀ ਬੱਜੀ ਜਾਨੀ ਨਾ ਤੂੰ ਤੇ ਕੋਈ ਕਸਰ ਨਹੀਂ ਛੱਡੀ ਮਸਾਂ ਹੀ ਬਚੀ ਆ ਤੂੰ ਇਸ ਵੇਲੇ ਕੀ ਕਰ ਰਹੀ ਹੈ ਤੂੰ ਸਕੂਲ ਕਿਉਂ ਨਹੀਂ ਗਈ ਅੱਜ ਪੜ੍ਹ ਸਕੂਲ ਜਾਣ ਮੇਰੇ ਦੁਸ਼ਮਣ ਮੈਂ ਕਿਉਂ ਪੜ੍ਹਾਂ ਮੈਂ ਤਾਂ ਸਕੂਲ ਨਹੀਂ ਜਾਂਦੀ ਤੈਨੂੰ ਪਤਾ ਹੈ ਪੜ੍ਹਾਈ ਨਾਲ ਅਕਲ ਆਉਂਦੀ ਹੈ ਪੜ੍ਹਾਈ ਜ਼ਿੰਦਗੀ ਵਿੱਚ ਕੰਮ ਆਉਂਦੀ ਹੈ ਤੂੰ ਸਕੂਲ ਕਿਉਂ ਨਹੀਂ ਜਾਂਦੀ ਲਓ ਸੁਣ ਲਓ ਮੇਰੀ ਬੀਬੀ ਕਹਿੰਦੀ ਹੈ ਪਕਾਣੀਆਂ ਘਰ ਦੀ ਰੋਟੀਆਂ ਦੀ ਪੜ੍ਹਾਈ ਦਾ ਕੀ ਕੰਮ ਰੋਟੀਆਂ ਵਿੱਚ ਵੀ ਪੜ੍ਹਾਈ ਕੰਮ ਆਉਂਦੀ ਹੈ ਪੁੱਛ ਕਿਵੇਂ ਕਿਵੇਂ ਤੈਨੂੰ ਪਤਾ ਹੈ ਵੱਖ ਵੱਖ ਸਵਾਦ ਦੀ ਸਬਜ਼ੀ ਕਿਵੇਂ ਬਣਾਈ ਜਾਂਦੀ ਹੈ ਜਿਵੇਂ ਬੀਬੀ ਬਣਾਉਂਦੀ ਉਹਨੇ ਮੈਂ ਬਣਾਉਂਦੀ ਹਾਂ ਨਹੀਂ ਇਸ ਤੋਂ ਵਧੀਆ ਬਣਾਉਣ ਲਈ ਕਿਤਾਬਾਂ ਤੇ ਅਖਬਾਰਾਂ ਵਿੱਚ ਨਵੇਂ ਤਰੀਕੇ ਆਉਂਦੇ ਹਨ ਜੇ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਇਹ ਤਰੀਕੇ ਕਿਵੇਂ ਸਿੱਖੋਗੇ ਤੁਸੀਂ ਮੇਰੇ ਬਾਪੂ ਜੀ ਕੀ ਕਰਦੇ ਨੇ ਖੇਤੀਬਾੜੀ ਕੌਣ ਕੌਣ ਹੈ ਤੁਹਾਡੇ ਘਰ ਵਿੱਚ ਇਹ ਸਭ ਕੁਝ ਮੇਰੀ ਬੀਬੀ ਕੋਲ ਪੁੱਛੋ ਬੀਬੀ ਕੌਣ ਹੈ ਹਾਂਜੀ ਕੀ ਚਾਹੀਦਾ ਜੀ ਮੈਂ ਮਰਦਮਸ਼ੁਮਾਰੀ ਕਰਨ ਆਈ ਹਾਂ ਮਰਦਮਸ਼ੁਮਾਰੀ ਉਹ ਕੀ ਹੁੰਦੀ ਆ ਸਾਨੂੰ ਕੁਝ ਨਹੀਂ ਲੈਣਾ ਜੀ ਜੀ ਤੁਸੀਂ ਗਲਤ ਸਮਝ ਰਹੇ ਹੋ ਮੈਂ ਤੁਹਾਡੇ ਪਰਿਵਾਰ ਦੇ ਕਿੰਨੇ ਜੀ ਨੇ ਕੀ ਕਰਦੇ ਨੇ ਵਗੈਰਾ ਵਗੈਰਾ ਪੁੱਛਣਾ ਹੀ ਅੱਛਾ ਅੱਛਾ ਭੈਣ ਜੀ ਆਓ ਬੈਠੋ ਪੂਨਮ ਪੁੱਤ ਜਾ ਭੈਣ ਜੀ ਲਈ ਗਲਾਸ ਚ ਪਾਣੀ ਲੈ ਕੇ ਆ ਭਾਰਤ ਸਰਕਾਰ ਸਾਡੇ ਗਰੀਬਾਂ ਲਈ ਕੀ ਸੋਚ ਰਹੀ ਆ ਭਾਰਤ ਸਰਕਾਰ ਦੀਆਂ ਤੁਹਾਡੇ ਗਰੀਬਾਂ ਵਾਸਤੇ ਬਹੁਤ ਸਾਰੀਆਂ ਯੋਜਨਾਵਾਂ ਹਨ ਪੂਨਮ ਜਦੋਂ ਕਿਸੇ ਨੂੰ ਪਾਣੀ ਦੇਈਦਾ ਤਾਂ ਗਲਾਸ ਹਮੇਸ਼ਾ ਥੱਲਿਓ ਫੜੀਦਾ ਤਾਂ ਕਿ ਪਾਣੀ ਨਾਲ ਹੱਥ ਲੱਗਣ ਕਰਕੇ ਪਾਣੀ ਗੰਦਾ ਨਾ ਹੋ ਜਾਵੇ ਤੁਹਾਡੇ ਬਾਪੂ ਦਾ ਕੀ ਨਾਂ ਹੈ ਗੁਲਜ਼ਾਰੀ ਜਦੋਂ ਪਿਤਾ ਜੀ ਦਾ ਨਾਂ ਲਈਦਾ ਤਾਂ ਕਹਿੰਦੇ ਨੇ ਸਰਦਾਰ ਗੁਲਜ਼ਾਰ ਸਿੰਘ ਭੈਣ ਜੀ ਤੁਹਾਡੀ ਕੁੜੀ ਐਡੀ ਬੜੀ ਹੋ ਗਈ ਤੁਸੀਂ ਹਜੇ ਤੱਕ ਪੜ੍ਹ ਨਹੀਂ ਲਈ ਕਿੱਥੇ ਭੈਣ ਜੀ ਪੜ੍ਹ ਕੇ ਕੀ ਕਰਨਾ ਬਣਾਉਣੀਆਂ ਤਾਂ ਰੋਟੀਆਂ ਹੀ ਨੇ ਭਾਜੀ ਕਿੰਨੇ ਪੜ੍ਹੇ ਉਹ ਤਾਂ ਕੋਰੇ ਅਨਪੜ੍ਹ ਨੇ ਜੀ ਕੀ ਕਰਦੇ ਨੇ ਭੈਣ ਜੀ ਗਰੀਬਾਂ ਨੇ ਕੀ ਕਰਨਾ ਜ਼ਿਮੀਦਾਰ ਦੇ ਖੇਤ 'ਚ ਦਿਹਾੜੀ ਕਰਦੇ ਨੇ ਕਿੰਨੀ ਆਮਦਨ ਹੋ ਜਾਂਦੀ ਹੈ ਆਮਦਨ ਕਿੱਥੇ ਭੈਣ ਜੀ ਡੰਗ ਚਲਾਈਦਾ ਬਸ ਭੈਣ ਜੀ ਬੁਰਾ ਨਾ ਮਨਾਣਾ ਤੁਹਾਨੂੰ ਆਪਣੀ ਪੂਨਮ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਇਹ ਅੱਗੇ ਜਾ ਕੇ ਆਪਣੀ ਤੇ ਆਪਣੀ ਔਲਾਦ ਦੀ ਜ਼ਿੰਦਗੀ ਸਵਾਰ ਸਕੇ ਹੁਣ ਤਾਂ ਥਾਂ ਥਾਂ ਤੇ ਹਥਿਆਰ ਵੀ ਲੱਗੇ ਹੋਏ ਹਨ ਤੁਸੀਂ ਸੁਣਿਆ ਨਹੀਂ ਜੇ ਉਸਾਰਨਾ ਸੋਹਣਾ ਸਮਾਜ ਧੀਆਂ ਨੂੰ ਦਿਓ ਵਿਦਿਆ ਦਾ ਦਾਜ ਦੇਖੋ ਭੈਣ ਜੀ ਤੁਹਾਡੀਆਂ ਗੱਲਾਂ ਸਾਡੀ ਸਮਝ ਤੋਂ ਤਾਂ ਬਾਹਰ ਹੀ ਨੇ ਭੈਣ ਜੀ ਇਹੀ ਗੱਲਾਂ ਤਾਂ ਮੈਂ ਤੁਹਾਨੂੰ ਸਮਝਾਉਣ ਆਈ ਹਾਂ ਇਹਨਾਂ ਗੱਲਾਂ ਨੂੰ ਸਮਝਣ ਲਈ ਤੁਹਾਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ ਅਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਇਹਨਾਂ ਨੂੰ ਕੌਣ ਸਮਝਾਵੇ ਵੀ ਪੜ੍ਹ ਲਿਖ ਕੇ ਪਕਾਉਣੀਆਂ ਤਾਂ ਰੋਟੀਆਂ ਹੀ ਨੇ ਓ ਜੱਟਾ ਤੇਰੀ ਚੂਣ ਬੁਰੀ ਹਲ ਛੱਡ ਕੇ ਚਰੀ ਨੂੰ ਜਾਣਾ ਏ ਜੱਟਾ ਤੇਰੀ ਚੂਣ ਬੁਰੀ ਹਲ ਛੱਡ ਕੇ ਚਰੀ ਨੂੰ ਜਾਣਾ ਏ ਜੱਟਾ ਤੇਰੀ ਚੂਣ ਬੁਰੀ ਜਿਹਨਾਂ ਕੰਮ ਬਣਿਆ ਨਾ ਵਾਸਤਾ ਨਾ ਸਾਡੇ ਨਾਲ ਖੜੇ ਹੋ ਓ ਨਛੱਤਰ ਸਿਆ ਓ ਕਿੱਧਰੋਂ ਆ ਰਿਹਾ ਓਏ ਆਉਣਾ ਕਿੱਥੋਂ ਭਰਾਵਾ ਇਕੱਠੇ ਖੂਹ ਚੋਂ ਬਾਜ਼ਾਰ ਗਿਆ ਸੀ ਪਟਵਾਰੀ ਨੂੰ ਮਿਲਣਾ ਸੀ ਉੱਥੇ ਫਿਰ ਮਿਲਿਆ ਨਹੀਂ ਪਟਵਾਰੀ ਓ ਪਟਵਾਰੀ ਤਾਂ ਮਿਲਦਾ ਜੇ ਮੈਂ ਪਟਵਾਰੀ ਕੋਲ ਪਹੁੰਚਦਾ ਫਿਰ ਹੋਰ ਕਿੱਥੇ ਵਾ ਗਿਆ ਓ ਕੀ ਦੱਸਾਂ ਭਰਾਵਾ ਸਵੇਰੇ ਸਵੇਰੇ ਅੱਜ ਤੇਰੀ ਭਰਜਾਈ ਨਾਲ ਤੂੰ ਤੂੰ ਮੈਂ ਹੋ ਗਈ ਮੈਂ ਉਹਦੇ ਬਾਰੇ ਸੋਚਦਾ ਜਾਂਦਾ ਸੀ ਉਹਨੇ ਨੂੰ ਬੱਸ ਆ ਗਈ ਭੱਜ ਕੇ ਬੱਸ ਫੜੀ ਤੇ ਬੱਸ ਹੋਈ ਨੇ ਕਿਸੇ ਹੋਰ ਹੀ ਸ਼ਹਿਰ ਲਾਹਤਾ ਜਾ ਕੇ ਭਰਾਵਾ ਪੁੱਛਣਾ ਕੁਛ
ਉੱਥੋਂ ਦੂਣੇ ਪੈਸੇ ਖਰਚ ਕੇ ਵਾਪਸ ਫਿਰ ਸ਼ਹਿਰ ਆਇਆ। ਜਦੋਂ ਪਟਵਾਰੀ ਕੋਲ ਆਇਆ ਉਹਨਾਂ ਨੂੰ ਪਟਵਾਰੀ ਨਿਕਲ ਗਿਆ। ਨਾ ਕੰਮ ਕੀ ਸੀ? ਇੱਥੋਂ ਕਹਿੰਦਾ ਉੱਲਾ ਭਰਾਵਾ ਕਰਜ਼ਾ ਲੈਣਾ ਟਿਊਬਲ ਲਾਉਣ ਵਾਸਤੇ, ਉਹ ਬੈਂਕ ਵਾਲੇ ਕਹਿੰਦੇ ਪਟਵਾਰੀ ਤੋਂ ਫਰਦ ਲੈ ਕੇ ਆਓ, ਇਸ ਕਰਕੇ ਪਟਵਾਰੀ ਨੂੰ ਮਿਲਣ ਗਿਆ ਸੀ। ਅੱਜ ਆ ਫਾਰਮ ਭਰਨ ਦੀ ਆਖਰੀ ਤਰੀਕ ਸੀ, ਹੁਣ ਤਰੀਕ ਵੀ ਲੰਘ ਗਈ। ਹੋ ਚੱਲ ਹੌਂਸਲਾ ਰੱਖ, ਸਰਕਾਰ ਇਹੋ ਜਿਹੀਆਂ ਸਕੀਮਾਂ ਕੱਢਦੀ ਰਹਿੰਦੀ ਹੈ, ਅਗਲੀ ਸਕੀਮ 'ਚ ਤੂੰ ਟਿਊਬਵੈਲ ਲਵਾ ਲਈ। ਉਹ ਫਿਰ ਭਰਾਵਾ ਕੀ ਪਤਾ ਕਦੋਂ ਸਰਕਾਰ ਸਕੀਮ ਕੱਢੇ ਕਦੋਂ ਟਿਊਬਵੈਲ ਲੱਗੂ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਜੇ ਚਾਰ ਅੱਖਰ ਪੜ੍ਹੇ ਹੁੰਦੇ ਤਾਂ ਅੱਜ ਆ ਗੱਲ ਨਾ ਹੁੰਦੀ, ਸਹੀ ਬਸ ਤਾਂ ਫੜਦੇ। ਨਾ ਅੱਜ ਸਵੇਰੇ ਗੁਰਦੁਆਰੇ ਵਾਲਾ ਬਾਬਾ ਕੀ ਬੋਲੀ ਜਾਂਦਾ ਸੀ ਸਪੀਕਰ ਚ, ਸੁਣਿਆ ਸੀਗਾ? ਉਹ ਸੁਣਿਆ ਤਾਂ ਮੈਂ ਸੀ, ਮੈਨੂੰ ਸਰਕਾਰ ਦੀ ਸਮਝ ਨਹੀਂ ਆਉਂਦੀ। ਕਹਿੰਦੇ ਨੇ ਕਿ ਅਨਪੜ੍ਹ ਆਦਮੀਆਂ ਨੂੰ ਤੇ ਤੀਵਿਆਂ ਨੂੰ ਹੱਥ ਨਾਲ ਸਕੂਲ ਚ ਪੜ੍ਹਾਉਣਾ, ਨਿੱਤ ਨਵੀਂ ਗੱਲ ਸੁਣਨ ਨੂੰ ਮਿਲਦੀ ਆ। ਭਲਾ ਇਸ ਉਮਰ ਚ ਆਪਾਂ ਪੜ੍ਹਨ ਜਾਂਦੇ ਚੰਗੇ ਲੱਗਾਂਗੇ? ਅੱਜ ਆਪਣੇ ਘਰੇ ਵੀ ਇੱਕ ਸਰਕਾਰੀ ਭੈਣ ਜੀ ਆਈ ਸੀ। ਭੈਣ ਜੀ ਆਈ ਸੀ? ਕਿਹੜੀ? ਆਹੀ ਮਰਦਮਸ਼ੁਮਾਰੀ ਵਾਲੀ। ਅੱਛਾ ਅੱਛਾ, ਕੀ ਕਹਿੰਦੀ ਸੀ? ਕੁਛ ਨੀ, ਬਸ ਪੁੱਛਦੀ ਸੀ ਕਿੰਨੇ ਜੀਓ, ਕੀ ਕਰਦੇ ਹੋ, ਪੜ੍ਹੇ ਲਿਖੇ ਹੋ ਕਿ ਨਹੀਂ। ਤੇ ਤੂੰ ਲਿਖਾਤਾ? ਆਹੋ, ਨਾਲੇ ਐਵੇਂ ਮੱਤਾਂ ਜੀਆਂ ਦੇਈ ਜਾਂਦੀ ਸੀ, ਕਹਿੰਦੀ ਆਪ ਪੜ੍ਹੋ ਨਾਲੇ ਦੂਜਿਆਂ ਨੂੰ ਪੜ੍ਹਾਓ, ਨਾਲੇ ਕਹਿੰਦੀ ਪੂਨਮ ਨੂੰ ਵੀ ਪੜ੍ਹਨੇ ਪਾਓ, ਕੁੜੀਆਂ ਦਾ ਪੜ੍ਹਨਾ ਲਾਜ਼ਮੀ ਹੈ। ਕੁੜੀਆਂ ਦਾ ਪੜ੍ਹਨਾ ਲਾਜ਼ਮੀ ਹੈ? ਭਲਾ ਆਪਣੀ ਬੇਬੇ ਪੜ੍ਹੀ ਸੀ, ਆਪਣੀ ਦਾਦੀ ਪੜ੍ਹੀ ਸੀ? ਕੁੜੀਆਂ ਦਾ ਪੜ੍ਹਨਾ ਲਾਜ਼ਮੀ ਹੈ, ਉਹ ਲੋਕਾਂ ਦੇ ਕਹੇ ਤੂੰ ਨਾ ਕੁੜੀ ਨੂੰ ਪੜ੍ਹਨ ਪਾ ਦੀ। ਲੈ ਮੈਂ ਕਿਤੇ ਮੂਰਖ ਹਾਂ, ਬਸ ਜ਼ਿੰਦਗੀ 'ਚ ਇੱਕ ਵਾਰੀ ਗਲਤੀ ਕੀਤੀ ਸੀ। ਕਦੋਂ ਕੀਤੀ ਸੀ? ਜਦੋਂ ਤੇਰੇ ਨਾਲ ਲਾਵਾਂ ਲਈਆਂ ਸੀ। ਜਾ ਮੈਂ ਨਹੀਂ ਰੋਟੀ ਖਾਂਦਾ। ਦੇਖਿਆ ਆਪਦੀ ਵਾਰ ਨੂੰ ਡਰਤਾ ਵੀ ਮਜ਼ਾਕ ਨਹੀਂ ਸਹਿੰਦਾ, ਆਪ ਚਾਹੇ ਸਾਰਾ ਦਿਨ ਕਰੀ ਜਾਵੇ। ਚੰਗਾ ਬਾਬਾ, ਮੇਰੀ ਤੌਬਾ, ਮੇਰੇ ਬਾਪ ਦੀ ਤੌਬਾ, ਹੁਣ ਤਾਂ ਰੋਟੀ ਖਾ ਲਓ, ਸਵੇਰ ਦੇ ਹੱਡ ਬਣਾਈ ਜਾਂਦੇ ਹੋ। ਹੁਣ ਆਈ ਨਾ ਅਕਲ ਟਿਕਾਣੇ, ਚੰਗਾ ਤੂੰ ਆਪ ਰੋਟੀ ਖਵਾ। ਇੱਦਾਂ ਸ਼ਰਮ ਜੀ ਆਉਂਦੀ ਆ। ਤੇਰੇ ਐਸੇ ਸ਼ਰਮ ਨੇ ਤਾਂ ਮੈਨੂੰ ਪੱਟਿਆ। ਚੱਲਿਆ ਪੂਨਮ। ਸੀਮਾ, ਸਕੂਲ ਵਾਲਿਆਂ ਨੇ ਖੁਸ਼ ਕਿਉਂ? ਤੈਨੂੰ ਪਤਾ ਹੈ ਸਾਡੇ ਸਕੂਲ ਜਾਦੂਗਰ ਆਇਆ ਸੀ, ਉਹਨੇ ਸਾਨੂੰ ਬੜੇ ਜਾਦੂ ਦਿਖਾਏ। ਜਾਦੂਗਰ ਕੀ ਹੁੰਦਾ ਹੈ? ਤੈਨੂੰ ਹਜੇ ਇੰਨਾ ਵੀ ਨਹੀਂ ਪਤਾ ਜਾਦੂਗਰ ਕੀ ਹੁੰਦਾ ਹੈ? ਜਾਦੂਗਰ ਉਹ ਹੁੰਦਾ ਜਿਹੜੇ ਜਾਦੂ ਸਿਖਾਏ, ਹਰ ਇੱਕ ਸਾਨੂੰ ਨੇ ਕਿੰਨੇ ਪਿਆਰੇ ਪਿਆਰੇ ਫੁੱਲ ਬਣਾਉਣੇ ਸਿਖਾਏ ਨੇ। ਫਿਰ ਤਾਂ ਸਕੂਲੇ ਬੜਾ ਮਜ਼ਾ ਆਉਂਦਾ। ਹੋਰ ਕੀ, ਬਹੁਤ ਮਜ਼ਾ ਆਉਂਦਾ। ਅਗਲੇ ਹਫ਼ਤੇ ਸਾਨੂੰ ਪਿਕਨਿਕ 'ਤੇ ਵੀ ਲਿਜਾ ਰਹੇ ਨੇ। ਪਿਕਨਿਕ ਕੀ ਹੁੰਦੀ ਹੈ? ਪਿਕਨਿਕ ਉਹ ਹੁੰਦੀ ਜਿੱਥੇ ਸਾਰੇ ਮੈਡਮਾਂ ਦੇ ਬੱਚੇ ਘੁੰਮਣ ਜਾਂਦੇ ਨੇ। ਤੇਰੀ ਗੱਲਾਂ ਸੁਣ ਕੇ ਲੱਗਦਾ ਮੈਂ ਵੀ ਸਕੂਲ ਪੈ ਜਾਵਾਂ। ਫਿਰ ਪੈ ਜਾ ਨਾ। ਮੇਰਾ ਪਰ ਮੇਰਾ ਬਾਪੂ ਨਹੀਂ ਮੰਨਦਾ, ਸਾਡੇ ਘਰ ਇੱਕ ਭੈਣ ਜੀ ਸੀ, ਉਹ ਕਹਿੰਦੀ ਮੈਂ ਵੀ ਪੜ੍ਹਾਂ। ਫਿਰ ਪੜ੍ਹ ਲੈ, ਅਸੀਂ ਗਰੀਬ ਹਾਂ, ਕੈਦਾ ਨਹੀਂ ਲੈ ਸਕਦੇ। ਮੇਰੇ ਕੋਲ ਕੈਦਾ ਪਿਆ ਹੈ ਪੁਰਾਣਾ, ਮੈਂ ਤੈਨੂੰ ਉਹ ਕੈਦਾ ਦੇ ਦੇਵਾਂਗੀ। ਤੂੰ ਮੈਨੂੰ ਉੜਾੜਾ ਸਿਖਾਏਂਗੀ? ਹਾਂ, ਮੈਂ ਤੈਨੂੰ ਉੜਾੜਾ ਵੀ ਸਿਖਾਵਾਂਗੀ। ਠੀਕ ਹੈ, ਮੈਂ ਤੇਰੇ ਨਾਲ ਹੀ ਚੱਲਦੀ ਹੈ। ਪਹਿਲਾਂ ਹੱਥ ਧੋ ਲੈ। ਮੈਂ ਹੱਥ ਤੇਰੇ ਘਰ ਹੀ ਧੋ ਦੂੰਗੀ। ਫਿਰ ਮੇਰੇ ਘਰ ਜਾ ਕੇ ਭਾਵੇਂ ਤੂੰ ਮੂੰਹ ਵੀ ਧੋ ਲਈ। ਚੱਲ ਫਿਰ ਕਿੱਥੇ ਗਈ ਸੀ? ਸਹੇਲੀ ਘਰ। ਮੈਂ ਤੈਨੂੰ ਪਾਥੀਆਂ ਪੱਥਰ ਨੂੰ ਕਿਹਾ ਸੀ ਤੇ ਤੂੰ ਖੇਡਣ ਤੁਰ ਗਈ ਹੈ? ਮੈਂ ਕੰਮ ਕਰਕੇ ਗਈ ਸੀ। ਹੁਣ ਦੇਖ ਮੈਨੂੰ ਕਿੰਨੀ ਸਾਰੀ ਤਾਰ ਦਿੱਤੀ, ਉਹ ਕਹਿੰਦੀ ਮੈਂ ਵੀ ਪੜ੍ਹਾਂ। ਕੀ ਕਿਹਾ? ਤੂੰ ਪੜ੍ਹੇਂਗੀ? ਪੜ੍ਹ ਕੇ ਕਿਹੜਾ ਤੂੰ ਮਾਟਰ ਨਹੀਂ ਲੱਗ ਜਾਣਾ, ਨਾਲੇ ਜੇ ਤੇਰੇ ਬਾਪੂ ਨੂੰ ਪਤਾ ਚੱਲ ਗਿਆ ਉਹ ਤੇਰੀ ਜਾਨ ਕੱਢ ਦੂਗਾ। ਸਕੂਲੇ ਹੋਰ ਵਾਰ ਕੀ ਸਿਖਾਉਂਦੇ ਨੇ। ਜਾ ਮੇਰੀ ਧੀ ਰਾਣੀ, ਆਪਣੇ ਬਾਪੂ ਨੂੰ ਜਾ ਕੇ ਪਾਣੀ ਫੜਾ ਕੇ ਆ। ਹਾਂ ਲਿਆ ਮੇਰਾ ਪੁੱਤ। ਆ ਪਿੱਛੇ ਕੀ ਆ ਪੁੱਤ? ਕੁਛ ਨੀ। ਨਾ ਦਿਖਾ ਮੇਰੇ ਬੇਟਾ ਉਰੇ। ਹਾਂ ਕੀ ਆ ਪਿੱਛੇ? ਕੁਛ ਨੀ। ਨਹੀਂ ਨਹੀਂ ਸੱਚੀ ਸੀ, ਦੱਸ ਕੀ ਆ? ਕੁਛ ਨੀ। ਦੱਸ ਕੀ ਆ? ਕੁਛ ਨੀ। ਉਹ ਦਿਖਾ ਮੈਨੂੰ। ਕੁਛ ਨੀ ਕੁਛ ਨੀ ਕਰੀ ਜਾਂਦੀ ਹੈ, ਇਹ ਕਿੱਥੋਂ ਲਈ ਆ? ਸਹੇਲੀ ਕੋਲ।
ਉਹ ਸਹੇਲੀ ਤੂੰ ਨਹੀਂ ਚੋਰੀ ਕਰਕੇ ਲਈ ਆ? ਸਹੇਲੀ ਕੋ। ਉਹ ਪੜ੍ਹ ਕੇ ਤੂੰ ਕੀ ਕਰੇਂਗੀ? ਤੇਰੀ ਮਾਂ ਪੜ੍ਹੀ ਆ, ਤੇਰਾ ਬਾਪ ਪੜ੍ਹਿਆ, ਤੇਰੀ ਦਾਦੀ ਪੜ੍ਹੀ ਆ, ਉਹ ਚੁੱਲ੍ਹੇ ਚੌਂਕੇ ਦਾ ਕੰਮ ਸਿੱਖ ਲੈ ਪੁੱਤ, ਜੋ ਤੇਰੇ ਸਹੁਰੇ ਜਾ ਕੇ ਕੰਮ ਆਊਗਾ। ਲੱਗੀ ਆ ਪੜ੍ਹਾਈ ਵੱਲ ਧਿਆਨ ਦਿਆਂ। ਚੱਲ ਝਾੜੂ ਚੱਕ, ਵਿਹੜਾ ਸਾਫ਼ ਕਰ ਦੇ, ਘਰ ਦੇ ਕੰਮ ਕਾਰ ਕਰ ਲਿਆ ਕਰ, ਉਹ ਡੰਗਰਾਂ ਨੂੰ ਸੰਨੀ ਲਾਉਣੀ ਸਿੱਖ ਲੈ, ਚੁੱਲ੍ਹਾ ਚੌਂਕਾ ਲਿਪਣਾ ਸਿੱਖ ਲੈ, ਪੋਚਾ ਦੇਣਾ ਸਿੱਖ ਲੈ। ਪਾਂਡੂ ਦਾ ਪੋਚਾ ਦੇਈ ਦਾ ਚੁੱਲ੍ਹੇ ਤੇ, ਤੇਰੀ ਸੱਸ ਨੇ ਕਹਿਣਾ ਵੀ ਮਾਂ ਬਾਪ ਨੇ ਸਿਖਾਇਆ ਕਿ ਨਹੀਂ ਸਿਖਾਇਆ। ਲੱਗੀ ਆ ਪੜ੍ਹਨੇ ਤੇ। ਆਜਾ ਮੇਰੇ ਖੇਤਾਂ ਦੀ ਬਹਾਰ ਦੇਖ ਲੈ, ਪਿੰਡਾਂ ਵਿੱਚ ਨੱਚਦਾ ਖੁਮਾਰ ਦੇਖ ਲੈ। ਆਜਾ ਮੇਰੇ ਖੇਤਾਂ ਦੀ ਬਹਾਰ ਦੇ, ਪਿੰਡਾਂ ਵਿੱਚ ਨੱਚਦਾ ਖੁਮਾਰ ਦੇਖ ਲੈ। ਆਜਾ ਮੇਰੇ ਖੇਤਾਂ ਦੀ ਬਹਾਰ ਦੇਖ ਲੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕਾਕਾ। ਗੁਲਜ਼ਾਰ ਸਿੰਘ, ਤੈਨੂੰ ਦੱਸਿਆ ਸੀ ਨਾ ਆਪਣੀ ਪੂਨਮ ਦੇ ਰਿਸ਼ਤੇ ਵਾਸਤੇ ਮੁੰਡਾ ਹੀ ਆ, ਆਹ ਮੁੰਡਾ। ਅੱਛਾ, ਕੀ ਨਾਂ ਹੈ ਕਾਕਾ ਤੇਰਾ? ਜੀ ਲੱਖਾ ਸਿੰਘ। ਅੱਛਾ, ਕੀ ਕੰਮ ਕਰਦਾ? ਆਹੀ ਦਿਹਾੜੀ ਦੱਪਾ ਕਰ ਲੈਂਦਾ ਜੀ ਬਸ। ਸੁੱਖ ਨਾਲ ਮੁੰਡਾ ਲੰਮਾ ਲੰਜਾ, ਕੱਲਾ ਹੀ ਕੱਲਾ ਮੁੰਡਾ, ਤੇਰੀ ਧੀ ਰਾਜ ਕਰੂ, ਨਾ ਸੱਸ ਨਾ ਸਹੁਰਾ ਨਾ ਨਨਾਣ। ਨਮੋ, ਤਾਂ ਤੇਰੀ ਗੱਲ ਠੀਕ ਹੈ, ਪਰ ਗਰੀਬ ਬਾਪ ਨੂੰ ਬਹੁਤ ਕੁਝ ਸੋਚਣਾ ਪੈਂਦਾ। ਕਾਕਾ, ਤੇਰੀ ਕੋਈ ਮੰਗ ਤਾਂ ਨਹੀਂ? ਮੰਗ ਮੁੰਗ ਤਾਂ ਕੋਈ ਨਹੀਂ ਜੀ, ਨਾਲੇ ਜੀ ਨੇ ਧੀ ਦੇ ਧੀ ਸਭ ਕੁਝ ਦਿੱਤਾ। ਕੁੜੀ ਬਹੁਤ ਸਿਆਣੀ ਆ, ਘਰ ਦਾ ਸਾਰਾ ਚੁੱਲ੍ਹਾ ਚੌਂਕਾ ਜਾਣਦੀ ਆ। ਲੈ ਚਾਚੀ, ਮੈਂ ਕਿਤੇ ਤੇਰੇ ਤੋਂ ਬਾਹਰ ਆ, ਜਿਵੇਂ ਤੂੰ ਕਹੇਂਗੀ ਸੱਤ ਵਚਨ। ਨਮੋ, ਤਾਂ ਠੀਕ ਹੈ, ਮੈਂ ਕੁੜੀ ਦਾ ਬਾਪ ਹਾਂ, ਪਰ ਇੱਕ ਗੱਲ ਹੈ, ਮੈਂ ਕੁੜੀ ਤਿੰਨ ਕੱਪੜਿਆਂ ਤੋਂ ਤੋਲੂ। ਵੇ ਤੂੰ ਹਾਂ ਤਾਂ ਕਰ, ਜੇ ਕਹੇ ਤਾਂ ਤਿੰਨ ਕੱਪੜ ਵੀ ਆਪ ਲੈ ਆਵਾਂਗੇ, ਤੂੰ ਜੀਤੋ ਨਾਲ ਸਲਾਹ ਕਰਕੇ ਦੱਸ ਦੇ। ਤੁਸੀਂ ਖੇਤਾਂ ਜਾਇਓ, ਹੁਣ ਮੈਂ ਇੱਥੇ ਤੁਹਾਨੂੰ ਚਾਹ ਨਹੀਂ ਪੁੱਛ ਸਕਦਾ, ਤੁਸੀਂ ਘਰ ਚਲੋ ਮੇਰੇ ਨਾਲ। ਘਰ ਤਾਂ ਹੁਣ ਪੱਕੇ ਪੈਰੀਏ ਜਾਵਾਂਗੇ, ਬਸ ਤੂੰ ਜੀਤੋ ਨਾਲ ਸਲਾਹ ਕਰਕੇ ਦੱਸ ਦੇਈ। ਅੱਛਾ, ਹੁਣ ਅਸੀਂ ਚੱਲਦੇ ਆ, ਸਤਿ ਸ੍ਰੀ ਅਕਾਲ। ਅੱਛਾ ਜੀ, ਸਤਿ ਸ੍ਰੀ ਅਕਾਲ। ਜੀਤੋ। ਹਾਂਜੀ। ਲਿਆ ਪਾਣੀ ਦਾ ਗਲਾਸ ਪਲਾ ਕਰਾ। ਹੁਣੀ ਲਿਆਈ ਜੀ। ਕੀ ਗੱਲ, ਅੱਜ ਤੁਸੀਂ ਬੜੇ ਖੁਸ਼ ਨਜ਼ਰ ਆਉਂਦੇ ਹੋ। ਖੁਸ਼ ਹੋਵਾਂ ਕਿਉਂ ਨਾ, ਸਿਰ ਤੋਂ ਭਾਰ ਜੋ ਲੈ ਗਿਆ। ਭਾਰ? ਕਿਹੜਾ ਭਾਰ? ਲੈ
ਉਹ ਮੁਟਿਆਰ ਧੀ ਘਰੇ ਬੈਠੀ ਹੋਵੇ ਤਾਂ ਮਾਂ ਬਾਪ ਦੇ ਸਿਰ ਤੇ ਭਾਰ ਨਹੀਂ ਹੁੰਦਾ। ਉਹ ਤਾਂ ਹੈ, ਪਰ ਅਜਿਹੀ ਕਿਹੜੀ ਗੱਲ ਹੋ ਗਈ? ਨਾਮੋ ਆਈ ਸੀ, ਉਹ ਜਿਹੜੇ ਮੁੰਡੇ ਦੀ ਗੱਲ ਕਰ ਰਹੀ ਸੀ ਉਹਨੂੰ ਲੈ ਕੇ ਆਈ। ਕਿਹੋ ਜਿਹਾ ਮੁੰਡਾ, ਕੀ ਕਰਦਾ? ਮੁੰਡਾ ਵਧੀਆ, ਆਪਣਾ ਮਕਾਨ ਆ ਉਹਦਾ, ਲੰਬਾ ਲੰਜਾ, ਸੋਹਣਾ ਸੁਨੱਖਾ, ਆਪਣੀ ਪੂਨਮ ਸੁਖੀ ਰਹੂ ਉੱਥੇ। ਉਹ ਤਾਂ ਠੀਕ ਹੈ, ਪਰ ਮੁੰਡੇ ਨਾਲ ਗੱਲ ਕਰ ਲਈ ਵੀ ਅਸੀਂ ਭਾਈ ਕੁਝ ਦੇ ਲੈ ਨਹੀਂ ਸਕਦੇ। ਮੈਂ ਮੁੰਡੇ ਨਾਲ ਸਾਰੀ ਗੱਲ ਕਰ ਲਈ, ਉਹਦੀ ਮੰਗ ਮੁੰਗ ਕੋਈ ਨਹੀਂ, ਉਹਦਾ ਕਹਿੰਦਾ ਮੈਂ ਤਿੰਨ ਕੱਪੜਿਆਂ 'ਚ ਲੈ ਜੂ। ਉਹ ਤਾਂ ਠੀਕ ਹੈ, ਪਰ ਫਿਰ ਵੀ ਵਿਆਹ ਲਈ ਤਿਆਰੀ ਤਾਂ ਕਰਨੀ ਪਊ, ਕੱਪੜੇ ਕੁੱਪੜੇ ਸਿਲਾਉਣੇ ਪੈਣਗੇ। ਲੈ, ਉਹ ਵਿਆਹ ਲਈ ਕਾਹਦੀ ਤਿਆਰੀ ਕਰਨੀ ਹੈ, ਉਹ ਤੇਰੇ ਵਿਆਹ ਵਾਲਾ ਸੂਟ ਪਿਆ ਨਾ, ਬਸ ਉਹ ਗਰੀਬਾਂ ਦਾ ਤਾਂ ਐਂ ਸਰ ਜਾਣਾ। ਲਿਆ, ਤੂੰ ਰੋਟੀ ਖਵਾ ਮੈਨੂੰ। ਲਿਆਉਣੀਆਂ। ਗੱਲ ਸੁਣੋ, ਪੂਨਮ ਨੂੰ ਦੱਸ ਦੀ ਵਿਆਹ ਬਾਰੇ। ਅੱਛਾ। ਮੇਰੀ ਧੀ ਰਾਣੀ, ਸੁਣਿਆ ਤੇਰਾ ਬਾਪੂ ਕੀ ਕਹਿੰਦਾ? ਤੂੰ ਤੇ ਬਹੁਤ ਸੁਖੀ ਰਹੀ। ਕਰਾ ਹੁਣ ਲਿਆ,
ਕਰਾਨੀ ਆ ਪਹਿਲਾਂ ਕੁੜੀ ਹੁਣ ਗਿੱਧਾ ਗੁੱਧਾ ਦਾ ਪਾ ਲੋ ਗਿੱਧਾ ਹੀ ਪਾ ਲੈਂਦੇ ਆ ਬੇਬੇ ਪਹਿਲਾਂ ਉੱਠਾ ਕਰਾ ਉੱਠੋ ਭੈਣੇ ਉੱਠੋ ਚਾਚੀ ਤਾਂ ਕਹਿੰਦੀ ਸੀ ਕੁੜੀ ਹੀਰ ਵਰਗੀ ਆ ਪਰ ਹੀਰ ਤਾਂ ਗੂੰਗੀ ਨਹੀਂ ਸੀ ਕਹਿ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਲਾ ਤਾਂ ਮਸਲਾ ਹੱਲ ਹੋਇਆ ਗੂੰਗੀ ਤਾਂ ਨਹੀਂ ਹੈਗੀ ਆਹ ਕੁੰਡ ਜਿਹੜਾ ਚੱਕ ਕੇ ਦਿਖਾ ਦੋ ਜਰਾ ਮੈਨੂੰ ਵੀ ਚੱਕਣਾ ਲੱਖੇ ਦੀ ਤਾਂ ਲਾਟਰੀ ਲੱਗ ਗਈ ਉਹ ਤਾਂ ਬੜੀ ਸੋਹਣੀ ਆ ਨਾਮੋ ਚਾਚੀ ਜਿਵੇਂ ਕਹਿੰਦੀ ਸੀ ਤਾਂ ਉਹਦੇ ਨਾਲੋਂ ਵੀ ਚਾਰ ਰੱਤੀਆਂ ਉੱਪਰ ਦੀਆਂ ਹਾਂ ਮੈਂ ਉਹ ਲਿਆਇਆ ਸੀ ਤੇਰੇ ਵਾਸਤੇ ਪਰ ਤੇਰੇ ਹੁਣ ਹੁਸਨ ਨੂੰ ਵੇਖ ਕੇ ਇੰਝ ਲੱਗਦਾ ਕਿ ਮੇਰਾ ਤੋਹਫ਼ਾ ਤਾਂ ਮਾਮੂਲੀ ਆ ਰਹਿ ਗਿਆ ਨਹੀਂ ਜੀ ਇਹ ਤਾਂ ਮੇਰੇ ਲਈ ਬਹੁਤ ਕੀਮਤੀ ਹੈ ਕੀਮਤੀ ਤਾਂ ਮੇਰੇ ਵਾਸਤੇ ਵੀ ਬਹੁਤ ਨੇ ਖਰੀਦਣਾ ਤਾਂ ਦਿਹਾੜੀਆਂ ਕਰਦਾ ਸੀ ਤਾਂ ਆ ਕੇ ਪੈਸੇ ਇਕੱਠੇ ਕਰਕੇ ਆਹ ਪੰਜੇਬਾਂ ਬਣਾਈਆਂ ਸੀ ਮੈਨੂੰ ਸਾਰੀ ਉਮਰ ਸੰਭਾਲ ਕੇ ਰੱਖਾਂਗੀ ਬਈ ਮੇਰਾ ਨਾਂ ਜ਼ਰੂਰ ਲੱਖਾ ਪਰ ਮੈਂ ਲੱਖ ਸਾਰੀ ਜ਼ਿੰਦਗੀ 'ਚ ਕਦੇ ਇਕੱਠਾ ਨਹੀਂ ਦੇਖਿਆ ਹੁਣ ਤੇਰਾ ਪਤੀ ਬਣ ਕੇ ਜ਼ਰੂਰ ਲੱਖਪਤੀ ਹੋ ਗਿਆ ਚੱਲ ਹੁਣ ਸੌਂ ਜਾ ਮੈਂ ਵੀ ਸਵੇਰੇ ਕੰਮ 'ਤੇ ਜਾਣਾ ਲੱਸੀ ਤਾਂ ਲਿਆਵੇ ਤਾਂ ਨਜ਼ਾਰਾ ਆ ਗਿਆ ਨਾਮੋ ਚਾਚੀ ਨੇ ਆਹਦਾ ਰੰਗ ਭਾਗ ਲਾ ਤੇ ਤੇਰੇ ਨਾਲ ਵਿਆਹ ਕਰਾ ਕੇ ਸੇਵਾ ਤਾਂ ਤੂੰ ਬਹੁਤ ਕਰਦੀ ਆ
ਬਹਿ ਜਾ ਤੂੰ। ਉਹ ਕਹਿੰਦੇ ਹੁੰਦੇ ਨੇ ਨਾ ਚੁੱਲ੍ਹੇ ਅੱਗ ਨਾ ਛੜਕੜੇ ਦੇ ਵਿੱਚ ਪਾਣੀ, ਉਹ ਘਰ ਛੜਿਆਂ ਦਾ। ਪਰ ਹੁਣ ਤੇਰੇ ਆਈ ਤੇ ਨਾ ਆਪਣਾ ਤਾਂ ਜੂਨ ਹੀ ਸੁਧਰ ਗਈ ਹੈ ਨਾ। ਅਤੇ ਉਹ ਕਹਿੰਦੇ ਨੇ ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੀ ਅੱਗ ਨਾ ਬਲੇ। ਹੁਣ ਤੱਕ ਤਾਂ ਮੈਂ ਉਹੀ ਹੂਲਾ ਹੀ ਫੱਕਦਾ ਰਿਹਾ, ਜਿੱਦਾਂ ਦਾ ਤੇਰੇ ਨਾਲ ਵਿਆਹ ਕਰਾਇਆ, ਧਰਮ ਨਾਲ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਆ ਗਿਆ ਹੈ। ਅਤੇ ਉਹ ਸਿਆਣੇ ਠੀਕ ਹੀ ਕਹਿੰਦੇ ਨੇ, ਅਖੇ ਵਿਹੜੇ ਬੈਠੀ ਮਾਂ ਵਿਹੜਾ ਕਰੇ ਭਾਂ ਭਾਂ, ਅਤੇ ਵਿਹੜੇ ਬੈਠੀ ਰੰਨ ਵਿਹੜਾ ਕਰੇ ਧੰਨ ਧੰਨ। ਦੁਪਹਿਰੇ ਰੋਟੀ ਲੈ ਕੇ ਆਵਾਂ? ਲੈ ਮਾਲਕੋ, ਤੁਸੀਂ ਕਿਉਂ ਲਿਆਓਗੇ, ਮੈਂ ਖੁਦ ਆਊਂਗਾ ਰੋਟੀ ਖਾਣ। ਚੰਗਾ ਮੈਂ ਚੱਲਿਆ ਖੇਤਾਂ ਨੂੰ, ਹੈ ਕੰਮ ਬਹੁਤ ਆ। ਅੱਛਾ ਸਾਖੀ ਵਾਲੇ ਮੇਲੇ ਤੇ ਪਾਉਣਾ ਭੰਗੜਾ ਜੱਟਾ ਨੇ ਵੀ ਲੋਰਾਣੀ ਨਹੀਂ। ਪਹਿਲਾਂ ਤੂੰ ਸਾਹ ਲੈ ਲਾ, ਚਾਹ ਪਾਣੀ ਪੀ, ਫਿਰ ਚਾਹ ਪਾਣੀ ਬਾਅਦ ਚ ਵੀ ਮੰਗ। ਪਹਿਲਾਂ ਤੂੰ ਕੰਮ ਕੰਮ ਕੀ ਹੈ? ਮੇਰੀ ਧੀ ਨੂੰ ਮੈਂ ਚਿੱਠੀ ਭੇਜੀ। ਮੈਂ ਫੜਾ ਮੈਂ ਜੰਦਰ ਡਾਕੋ ਨੇ ਪਾ ਦੂੰ। ਔਰ ਨਹੀਂ ਤੂੰ ਸਮਝਿਆ ਨਹੀਂ, ਚਿੱਠੀ ਦਾ ਜੇ ਲਿਖਣੀ ਆ ਲਿਖਣੀ ਹੈ, ਫਿਰ ਮੇਰਾ ਕਿਉਂ ਟਾਈਮ ਬਰਬਾਦ ਕਰਿਆ? ਪਹਿਲਾਂ ਕਿਸੇ ਕੋਲ ਲਿਖਾ ਲੈਣੀ ਸੀ, ਅੱਜ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਨੂੰ ਕੱਲ ਦੱਸ। ਨਾ ਨਾ ਪੁੱਤ, ਤੂੰ ਤਾਂ ਝੱਟ ਲਿਖ ਦੇਣੀ ਆ, ਮੈਂ ਤੇਰੇ ਲਈ ਲੱਸੀ ਲੈ ਕੇ ਨਹੀਂ ਆ ਮੱਖਣ ਵਾਲੀ, ਰੱਬ ਤੇਰਾ ਭਲਾ ਕਰੇ। ਜੇ ਕੋਈ ਬੰਦਾ ਲਿਖਿਆ ਪੜ੍ਹਿਆ ਹੋਵੇ ਤਾਂ ਅਗਰ ਤਰਲੇ ਮਿੰਨਤਾਂ ਨਹੀਂ ਕਰਨੇ ਪੈਂਦੀਆਂ। ਲੈ ਚੱਲ ਫਿਰ। ਅਨਪੜ੍ਹ ਵੀਰਾ ਜਾਗ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਚਾਵਾ ਬਈ ਹੁਣ ਜਾਗੋ ਆਈਆ। ਦਿਓਰਾ ਤੈਨੂੰ ਮੈਂ ਸਮਝਾਵਾਂ, ਬੇਲੀ ਬੈਨਾ ਮਤ ਗਵਾਵਾਂ, ਚੁੱਲ੍ਹਾ ਚੌਂਕਾ ਕਰਦੀ ਜਾਵਾਂ, ਨਾਲ ਨਾਲ ਮੈਂ ਪੜ੍ਹਦੀ ਜਾਵਾਂ, ਬੇਲੇ ਪਾਈਆ ਬਈ ਹੁਣ ਜਾਗੋ ਆਈਆ, ਬਈ ਹੁਣ ਜਾਗੋ ਆਈਆ, ਬਈ ਹੁਣ ਜਾਗੋ ਆਈਆ।